ਸਸਰੀਆਕਾਲ ਤੁਸੀਂ ਦੇਖ ਰਹੇ ਹੋ ਦਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਗੱਲ ਕਰਾਂਗੇ ਕਿਸਾਨੀ ਅੰਦੋਲਨ ਦੀ ਜਿਸ ਦੇ ਵਿੱਚ ਸੁਪਰੀਮ ਕੋਰਟ ਦੀ ਕਮੇਟੀ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦਿੰਦਾ ਹੈ ਕਿਸਾਨੀ ਅੰਦੋਲਨ ਤੇ ਹਿੰਸਾ ਦਾ ਖਤਰਾ ਸ਼ਾਗਿਆ ਹੈ ਕਿਸਾਨ ਆਗੂ ਚਿੰਤਾ ਦੇ ਵਿੱਚ ਡੁੱਬ ਗਏ ਨੇ ਅਮਿਤ ਸ਼ਾਹ ਨੇ ਬਾਦਪਾਈਆਂ ਨੂੰ ਇੱਕ ਨੇਕ ਸਲਾਹ ਦੇ ਦਿੱਤੀ ਹੈ ਹੇਮਾ ਮਾਲਣੀ ਨੂੰ ਜਵਾਬ ਦੇ ਦਿੱਤਾ ਹੈ ਕਿਸਾਨਾਂ ਨੇ ਤੁਹਾਨੂੰ ਸਾਰੀ ਜਾਣਕਾਰ ਦਿੰਨੇ ਆ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਕਿਸਾਨੀ ਸੰਘਰਸ਼ ਤੋਂ ਜਿਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਕਮੇਟੀ ਨੂੰ ਇੱਕ ਵੱਡਾ ਝਟਕਾ ਲੱਗਦਾ ਦਿਖਾਈ ਦਿੰਦਾ ਹੈ ਸੁਪਰੀਮ ਕੋਰਟ ਨੇ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਝਟਕਾ ਦਿੱਤਾ ਹੈ ਅਜਿਹੀਆਂ ਖਬਰਾਂ ਤਾਂ ਤੁਸੀਂ ਅਕਸਰੀ ਸੁਣਦੇ ਹੋਵੋਗੇ ਪਰ ਅੱਜ ਖਬਰ ਆਈ ਹੈ ਕਿ ਸੁਪਰੀਮ ਕੋਰਟ ਨੂੰ ਹੀ ਇੱਕ ਝਟਕਾ ਲੱਗ ਗਿਆ ਹੈ ਚਾਰ ਮੈਂਬਰੀ ਕਮੇਟੀ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਸੀ ਜਿਸ ਦੇ ਵਿੱਚੋਂ ਇੱਕ ਮੈਂਬਰ ਨੇ ਆਪਣਾ ਨਾਮ ਵਾਪਸ ਲੈ ਲਿਆ ਹੈ ਭពਿੰਦਰ ਸਿੰਘ ਮਾਨ ਨੇ ਇੱਕ ਚਿੱਠੀ ਲਿਖ ਕੇ ਸੁਪਰੀਮ ਕੋਰਟ ਨੂੰ ਆਪਣਾ ਨਾਮ ਵਾਪਸ ਲੈ ਲਿਆ ਹੈ ਚਿੱਠੀ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਲਿਖਿਆ ਹੈ ਕਿ ਉਹ ਧੰਨਵਾਦ ਕਰਦੇ ਨੇ ਕਿ ਉਹਨਾਂ ਨੂੰ ਸੁਪਰੀਮ ਕੋਰਟ ਦੇ ਵੱਲੋਂ ਇੰਨੀ ਵੱਡੀ ਜ਼ਿੰਮੇਵਾਰੀ ਦੇ ਯੋਗ ਸਮਝਿਆ ਗਿਆ ਹੈ ਪਰ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਹੋਇਆਂ ਅਤੇ ਉਹ ਪੰਜਾਬ ਦੇ ਅਤੇ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਨਹੀਂ ਜਾ ਸਕਦੇ ਇਸ ਕਰਕੇ ਉਹ ਆਪਣੇ ਆਪ ਨੂੰ ਇਸ ਕਮੇਟੀ ਤੋਂ ਜਿਹੜੀ ਕਿ ਰਿਪੋਰਟ ਤਿਆਰ ਕਰਨ ਲਈ ਜਾਂਚ ਕਰਨ ਲਈ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਤੋਂ ਆਪਣੇ ਆਪ ਨੂੰ ਵੱਖ ਕਰਦੇ ਨੇ ਅਜਿਹਾ ਐਲਾਨ ਭੁਪਿੰਦਰ ਸਿੰਘ ਮਾਨ ਦੇ ਵੱਲੋਂ ਕਰ ਦਿੱਤਾ ਗਿਆ ਉਹ ਕਹਿੰਦੇ ਨੇ ਕਿ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਲਈ ਉਹਨਾਂ ਨੂੰ ਕੋਈ ਵੀ ਅਹੁਦਾ ਤਿਆਗ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ ਇਹ ਦਾਵਾ ਕਰਕੇ ਉਹਨਾਂ ਨੇ ਕਮੇਟੀ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ ਉਹਨਾਂ ਦੇ ਨਾਮ ਵਾਪਸ ਲੈਣ ਤੋਂ ਬਾਅਦ ਖਬਰਾਂ ਆ ਗਈਆਂ ਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਉਹਨਾਂ ਨਾਲੋਂ ਆਪਣਾ ਨਾਤਾ ਤੋੜ ਲਿਆ ਹੈ ਕਿਸਾਨ ਯੂਨੀਅਨ ਕਹਿੰਦੀ ਹੈ ਕਿ ਭਾਵੇਂ ਇਹਨਾਂ ਨੇ ਕਮੇਟੀ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ ਪਰ ਇਹ ਕਮੇਟੀ ਦੇ ਵਿੱਚ ਸ਼ਾਮਿਲ ਹੀ ਕਿਉਂ ਹੋਏ ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਇਹਨਾਂ ਦੇ ਨਾਲ ਕੋਈ ਵੀ ਨਾਤਾ ਨਹੀਂ ਹੈ ਵਾਪਸ ਨਾਮ ਵਾਪਸ ਲੈਣ ਦੇ ਬਾਵਜੂਦ ਭពਿੰਦਰ ਸਿੰਘ ਮਾਨ ਨੂੰ ਵੀ ਚਟਕੇ ਲੱਗਦੇ ਦਿਖਾਈ ਦਿੰਦੇ ਨੇ ਭពਿੰਦਰ ਸਿੰਘ ਮਾਨ ਨੂੰ ਲੈ ਕੇ ਕਈ ਤਰ੍ਹਾਂ ਦਾ ਵਿਵਾਦ ਵੀ ਖੜੇ ਹੁੰਦੇ ਦਿਖਾਈ ਦਿੰਦੇ ਸਨ ਸੁਖਬੀਰ ਸਿੰਘ ਬਾਦਲ ਨੇ ਖੁਲਾਸਾ ਕੀਤਾ ਸੀ ਕਿ ਕੈਪਟਨ ਮਰਿੰਦਰ ਸਿੰਘ ਦੀ ਨਜ਼ਦੀਕੀ ਨੇ ਭពਿੰਦਰ ਸਿੰਘ ਮਾਨ ਕਿਸਾਨ ਆਗੂਆਂ ਨੇ ਵੀ ਦਾਵਾ ਕੀਤਾ ਸੀ ਕਿ ਕਈ ਵਾਰ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਭពਿੰਦਰ ਸਿੰਘ ਮਾਨ ਦੇ ਵੱਲੋਂ ਮਾਰਿਆ ਗਿਆ ਸੀ ਰਾਜ ਸਭਾ ਦੀ ਮੈਂਬਰੀ ਵੀ ਉਹਨਾਂ ਨੇ ਕਾਰਾਂ ਦੇ ਨਾਲ ਸਮਝੌਤਾ ਕਰਕੇ ਹੀ ਲਈ ਸੀ ਐਸੇ ਕਰਕੇ ਹੀ ਦਬਾਅ ਵਿੱਚ ਆ ਕੇ ਭੁਪਿੰਦਰ ਸਿੰਘ ਮਾਨ ਨੇ ਇੰਨਾ ਵੱਡਾ ਫੈਸਲਾ ਲਿਆ ਹੈ ਕਿਸਾਨ ਆਗੂ ਇਸ ਵੇਲੇ ਇਸ ਨੂੰ ਲੋਕਾਂ ਦੇ ਦਬਾਅ ਦੀ ਜਿੱਤ ਦੱਸਦੇ ਦਿਖਾਈ ਦਿੰਦੇ ਨੇ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆ ਗਿਆ ਹੈ ਉਹ ਕਹਿੰਦੇ ਨੇ ਕਿ ਇੱਥੋਂ ਪਤਾ ਲੱਗਦਾ ਹੈ ਹੁਣ ਸੁਪਰੀਮ ਕੋਰਟ ਨੂੰ ਵੀ ਪਤਾ ਲੱਗ ਜਾਏਗਾ ਕਿ ਲੋਕਾਂ ਦਾ ਦਬਾਅ ਕੀ ਚੀਜ਼ ਹੁੰਦੀ ਹੈ ਅਜੇ ਤਾਂ ਇੱਕ ਵਿਕਟ ਡਿੱਗੀ ਹੈ ਦਬਾਅ ਦੇ ਅੱਗੇ ਬਾਕੀ ਲੋਕ ਵੀ ਆਪਣਾ ਨਾਮ ਵਾਪਸ ਲੈ ਸਕਦੇ ਨੇ ਅਜੇ ਹਾਂ ਵਾ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਕਰ ਦਿੱਤਾ ਗਿਆ ਇਸ ਤਰ੍ਹਾਂ ਕਮੇਟੀ ਨੂੰ ਜੋ ਝਟਕਾ ਲੱਗਾ ਹੈ ਕਿਸਾਨਾਂ ਦਾ ਉਤਸ਼ਾਹ ਹੁਣ ਹੋਰ ਵੀ ਵੱਧਾ ਦਿਖਾਈ ਦਿੰਦਾ ਹੈ ਹਾਲਾਂਕਿ ਬਾਕੀ ਜਿਹੜੇ ਮੈਂਬਰ ਨੇ ਉਹਨਾਂ ਤੇ ਵੀ ਬਹੁਤ ਸਾਰੇ ਸਵਾਲ ਉੱਠੇ ਸਨ ਇੱਕ ਹੋਰ ਮੈਂਬਰ ਹੈ ਉਹਨਾਂ ਨੂੰ ਵੀ ਕੈਪਟਨ ਮਨਿੰਦਰ ਸਿੰਘ ਦੇ ਨਾਲ ਜੋੜਿਆ ਗਿਆ ਸੀ ਕਿਉਂਕਿ ਚਾਰੇ ਮੈਂਬਰ ਖੇਤੀ ਕਾਨੂੰਨਾਂ ਦੇ ਸਮਰਥਕ ਸਨ ਇਸੇ ਕਰਕੇ ਹੀ ਕਮੇਟੀ ਨੂੰ ਕਿਸਾਨਾਂ ਦੇ ਵੱਲੋਂ ਮੁੱਡੋਂ ਹੀ ਰੱਦ ਕਰ ਦਿੱਤਾ ਗਿਆ ਸੀ ਅਤੇ ਇੱਕ ਮੈਂਬਰ ਨੇ ਨਾਮ ਵਾਪਸ ਲੈ ਲਿਆ ਹੈ ਸੁਪਰੀਮ ਕੋਰਟ ਇਸ ਤੇ ਕੀ ਰੁਖ ਅਖਤਿਆਰ ਕਰੇਗੀ ਇਸ ਤੇ ਵੀ ਸਭ ਦੀਆਂ ਨਿਗਾਹਾਂ ਹੋਣਾ ਬਣੀਆਂ ਰਹਿਣਗੀਆਂ ਅਗਲੀ ਖਬਰ ਦੇ ਵੱਲ ਵਾਦੇ ਆ 26 ਜਨਵਰੀ ਦੀਆਂ ਤਿਆਰੀਆਂ ਕਿਸਾਨਾਂ ਦੇ ਵੱਲੋਂ ਬੜੇ ਜ਼ਬਰਦਸਤ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਨੇ ਪਰ 26 ਜਨਵਰੀ ਦੇ ਅੰਦੋਲਨ ਨੂੰ ਲੈ ਕੇ ਪ੍ਰੋਗਰਾਮ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਫੇੜ ਦੀਆਂ ਦਿਖਾਈ ਦਿੰਦੀਆਂ ਨੇ ਕੁਝ ਲੋਕ ਪੋਸਟਾਂ ਪਾ ਰਹੇ ਨੇ ਕਿ 26 ਜਨਵਰੀ ਨੂੰ ਜਿਹੜੀ ਪ੍ਰੇਡ ਹੁੰਦੀ ਹੈ ਗਣਤੰਤਰ ਦਿਵਸ ਦੀ ਪ੍ਰੇਡ ਹੁੰਦੀ ਹੈ ਉਸ ਦੇ ਵਿੱਚ ਅਸੀਂ ਆਪਣੇ ਟਰੈਕਟਰ ਜਾ ਕੇ ਵਾਰ ਦੇਣੇ ਨੇ ਭਾਰਤ ਸਰਕਾਰ ਨੂੰ ਦੱਸ ਦੇਣਾ ਹੈ ਕਿ ਸਾਡੇ ਤੋਂ ਬਿਨਾ ਤੁਸੀਂ ਪ੍ਰੇਡ ਕਿਵੇਂ ਕਰ ਸਕਦੇ ਹੋ ਅਸੀਂ ਉੱਥੇ ਚਲੇ ਜਾਣਾ ਹੈ ਜਿੱਥੇ ਗਣਤੰਤਰ ਦਿਵਸ ਦੀ ਪ੍ਰੇਡ ਹੁੰਦੀ ਹੈ ਕੁਝ ਲੋਕ ਪੋਸਟਾਂ ਪਾ ਰਹੇ ਨੇ ਲਾਲ ਕਿਲੇ ਤੇ ਜਾ ਕੇ ਆਪਾਂ ਕਿਸਾਨੀ ਦਾ ਝੰਡਾ ਲਹਿਰਾ ਦੇਣਾ ਹੈ ਲਾਲ ਕਿਲੇ ਤੇ ਕਬਜ਼ਾ ਕਰ ਲੈਣਾ ਹੈ ਭਾਰਤ ਸਰਕਾਰ ਦੇ ਕੋਲੋਂ ਖੋਲ ਲੈਣਾ ਹੈ ਕੁਝ ਲੋਕ ਪੋਸਟਾਂ ਪਾ ਰਹੇ ਨੇ ਕਿ ਪਾਰਲੀਮੈਂਟ ਪੈਣ ਦੇ ਵਿੱਚ ਸੰਸਦ ਦੇ ਵਿੱਚ ਆਪਾਂ ਵੜ ਜਾਣਾ ਏ ਉੱਥੇ ਜਾ ਕੇ ਕਿਸਾਨੀ ਦਾ ਝੰਡਾ ਲਹਿਰਾ ਦੇਣਾ ਏ ਜਾ ਕੇ ਸੰਸਦ ਮੈਂਬਰਾਂ ਦੀਆਂ ਸੀਟਾਂ ਤੇ ਬੈਠ ਜਾਣਾ ਹੈ ਅਜਹੀਆਂ ਪੋਸਟਾਂ ਵਾਇਰਲ ਹੋਣ ਤੋਂ ਬਾਅਦ ਹੁਣ ਕਿਸਾਨ ਆਗੂ ਚਿੰਤਾ ਦੇ ਵਿੱਚ ਡੁੱਬਦੇ ਦਿਖਾਈ ਦਿੰਦੇ ਨੇ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਕਿਸਾਨਾਂ ਦੇ ਨਾਂ ਇੱਕ ਖੁੱਲੀ ਚਿੱਠੀ ਲਿਖ ਦਿੱਤੀ ਗਈ ਹੈ ਜਿਸ ਦੇ ਵਿੱਚ ਚਿੰਤਾਵਾਂ ਹੀ ਚਿੰਤਾਵਾਂ ਜ਼ਾਹਿਰ ਕੀਤੀਆਂ ਗਈਆਂ ਨੇ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਪਹਿਲਾਂ ਤਾਂ ਉਹਨਾਂ ਨੇ ਲੋਕਾਂ ਦਾ ਬਹੁਤ ਜ਼ਿਆਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਦੇ ਕਰਕੇ ਇਹ ਅੰਦੋਲਨ ਦੁਨੀਆ ਵਿਆਪੀ ਬਣ ਗਿਆ ਹੈ ਅੰਤਰਰਾਸ਼ਟਰੀ ਬਣ ਗਿਆ ਹੈ ਉਹਨਾਂ ਨੇ ਧੰਨਵਾਦ ਕੀਤਾ ਹੈ ਅਤੇ ਦੀ ਨਾਲ ਉਹਨਾਂ ਨੇ ਹਿੰਸਾ ਤੋਂ ਦੂਰ ਰਹਿਣ ਦੀ ਬੇਨਤੀ ਵੀ ਆਮ ਲੋਕਾਂ ਨੂੰ ਅਤੇ ਕਿਸਾਨਾਂ ਨੂੰ ਕਰ ਦਿੱਤੀ ਹੈ ਬਲਬੀਰ ਸਿੰਘ ਰਾਜੇਵਾਲ ਕਹਿੰਦੇ ਨੇ ਕਿ ਕੁਝ ਅਜਿਹੇ ਲੋਕ ਜਿਹੜੇ ਕਿ ਕਿਸਾਨੀ ਅੰਦੋਲਨ ਦੇ ਖਿਲਾਫ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਅਜੀਬ ਹਵਾ ਬਣਾਈ ਜਾ ਰਹੀ ਹੈ ਕਿ ਇਸ ਤੋਂ ਬਾਅਦ ਅਸੀਂ ਆਪਣਾ ਅੰਦੋਲਨ ਖਤਮ ਹੀ ਕਰ ਦੇਣਾ ਹੈ ਬਸ ਅਸੀਂ ਆਖਰੀ ਵਾਰ ਕਰਨ ਜਾ ਰਹੇ ਹਾਂ ਤੇ ਭਾਰਤ ਸਰਕਾਰ ਦੇ ਖਿਲਾਫ ਆਪਾਂ ਜੰਗ ਦਾ ਐਲਾਨ ਕਰਨ ਜਾ ਰਹੇ ਹਾਂ ਜਦ ਕਿ ਅਜਿਹਾ ਕੁਝ ਵੀ ਨਹੀਂ ਹੈ ਪਹਿਲਾਂ ਵੀ ਕਿਸਾਨ ਆਗੂਆਂ ਦੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਲਈ ਦਿੱਤੇ ਗਏ ਸਨ ਜਿੰਨਾ ਤੇ ਅਮਲ ਵੀ ਕੀਤਾ ਗਿਆ ਅਤੇ ਦਬਾਅ ਲਗਾਤਾਰ ਕੇਂਦਰ ਸਰਕਾਰ ਤੇ ਵਧ ਰਿਹਾ ਹੈ ਅਤੇ 26 ਜਨਵਰੀ ਵਾਲਾ ਪ੍ਰੋਗਰਾਮ ਵੀ ਇਸੇ ਦੇ ਤਹਿਤ ਹੀ ਇੱਕ ਪ੍ਰੋਗਰਾਮ ਹੈ ਇਸ ਤੋਂ ਬਾਅਦ ਵੀ ਅੰਦੋਲਨ ਜਾਰੀ ਰਹਿਣਾ ਹੈ ਇਦਾਂ ਨਹੀਂ ਹੈ ਕਿ ਆਪਾਂ 26 ਤਰੀਕ ਨੂੰ ਦਿੱਲੀ ਵਿੱਚ ਵੜਨਾ ਹੈ ਉੱਥੇ ਮਾਰਾ ਮਾਰੀ ਕਰਨੀ ਹੈ ਮਰ ਜਾਣਾ ਹੈ ਮਾਰ ਦੇਣਾ ਹੈ ਅਤੇ ਉਸ ਤੋਂ ਬਾਅਦ ਅੰਦੋਲਨ ਨੂੰ ਖਤਮ ਕਰ ਦੇਣਾ ਹੈ ਇਦਾਂ ਨਹੀਂ ਹੈ ਬਲਬੀਰ ਸਿੰਘ ਰਾਜੇਵਾਲ ਦੇ ਅਨੁਸਾਰ ਕੁਝ ਸਰਕਾਰ ਦੇ ਹੀ ਬੰਦੇ ਜਿਹੜੇ ਕਿ ਚਾਹੁੰਦੇ ਨੇ ਕਿ ਅੰਦੋਲਨ ਦੇ ਵਿੱਚ ਹਿੰਸਾ ਆ ਜਾਵੇ ਉਹਨਾਂ ਦੇ ਵੱਲੋਂ ਲਗਾਤਾਰ ਕਿਸਾਨਾਂ ਨੂੰ 扑ਕਾਇਆ ਜਾ ਰਿਹਾ ਏ ਪਰ ਆਪਾਂ ਇਦਾਂ ਨਹੀਂ ਕਰਨਾ ਉਦਾਂ ਹੀ ਚੱਲਣਾ ਏ ਜਿਵੇਂ ਕਿ ਕਾਫੀ ਮਹੀਨਿਆਂ ਤੋਂ ਆਪਣੇ ਵੱਲੋਂ ਅੰਦੋਲਨ ਚਲਾਇਆ ਜਾ ਰਿਹਾ ਏ ਕਿਉਂਕਿ ਅੰਦੋਲਨ ਉਹੀ ਕਾਮਯਾਬ ਹੁੰਦਾ ਏ ਜਿਸ ਦੇ ਵਿੱਚ ਹਿੰਸਾ ਨਹੀਂ ਹੁੰਦੀ ਏ ਹਿੰਸਾ ਹੋ ਜਾਵੇ ਸਰਕਾਰਾਂ ਦੇ ਲਈ ਉਸ ਅੰਦੋਲਨ ਨੂੰ ਨੱਪਣਾ ਬਹੁਤ ਜ਼ਿਆਦਾ ਆਸਾਨ ਹੋ ਜਾਂਦਾ ਏ ਇਸ ਕਰਕੇ ਖੁੱਲੀ ਚਿੱਠੀ ਲਿਖ ਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਅਹਿੰਸਾ ਦਾ ਰਸਤਾ ਅਪਣਾਉਣ ਦੀ ਅਪੀਲ ਕੀਤੀ ਹੈ ਅਤੇ ਸੋਸ਼ਲ ਮੀਡੀਆ ਤੇ ਅਜਹੀਆਂ ਪੋਸਟਾਂ ਪਾਉਣ ਤੋਂ ਜਾਂ ਫਿਰ ਸ਼ੇਅਰ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਵੀ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਦਿੱਤੀ ਗਈ ਹੈ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੀਏ ਤਾਂ ਦਿੱਲੀ ਪੁਲਿਸ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਪਾ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਦੇ ਅੱਗੇ ਅਪੀਲ ਕੀਤੀ ਹੈ ਦਿੱਲੀ ਪੁਲਿਸ ਨੇ ਕਿ 26 ਜਨਵਰੀ ਦੀ ਟਰੈਕਟਰ ਪ੍ਰੇਡ ਨੂੰ ਰੋਕਿਆ ਜਾਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ ਦਿੱਲੀ ਦਾ ਮਾਹੌਲ ਖਰਾਬ ਕਰ ਦੇਣਾ ਹੈ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਹੈ ਇਸ ਕਰਕੇ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਟਰੈਕਟਰ ਪਰੇਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਅਜਿਹੀ ਪਟੀਸ਼ਨ ਸੁਪਰੀਮ ਕੋਰਟ ਦੇ ਵੱਲੋਂ ਪਾਈ ਗਈ ਹੈ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਤੇ ਸੁਣਵਾਈ ਕਰਦਿਆਂ ਕਿਹਾ ਹੈ ਕਿ ਇੱਕ ਪ੍ਰੋਸੀਜਰ ਹੁੰਦਾ ਹੈ ਪ੍ਰਕਿਰਿਆ ਹੁੰਦੀ ਹੈ ਜਦੋਂ ਵੀ ਕਿਸੇ ਨੇ ਕੋਈ ਪ੍ਰੋਗਰਾਮ ਕਰਨਾ ਹੁੰਦਾ ਹੈ ਪ੍ਰਦਰਸ਼ਨ ਕਰਨਾ ਹੁੰਦਾ ਹੈ RAM LILA ਮੈਦਾਨ ਦੇ ਵਿੱਚ ਉਹ ਪ੍ਰਦਰਸ਼ਨ ਕਰ ਸਕਦੇ ਨੇ ਉਸ ਦੇ ਲਈ ਦਿੱਲੀ ਪੁਲਿਸ ਦੇ ਕਮਿਸ਼ਨਰ ਦੇ ਕੋਲ ਇੱਕ ਅਰਜ਼ੀ ਦੇਣੀ ਚਾਹੀਦੀ ਹੈ ਕਿਸਾਨਾਂ ਨੂੰ ਪਰ ਦਿੱਲੀ ਕਹਿੰਦੀ ਹੈ ਕਿ ਸਾਡੇ ਕੋਲ ਅਜੇ ਹੀ ਕੋਈ ਵੀ ਅਰਜ਼ੀ ਨਹੀਂ ਆਈ ਹੈ ਇਸ ਤਰ੍ਹਾਂ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਮਸਲਾ ਪਹੁੰਚ ਗਿਆ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹੁਣ ਇਹ ਵੀ ਦੱਸਣਾ ਸ਼ੁਰੂ ਕਰ ਦਿੱਤਾ ਹੈ ਕਿ ਦਿੱਲੀ ਦੇ ਵਿੱਚ ਇਹ ਟਰੈਕਟਰ ਪ੍ਰੇਡ ਨਹੀਂ ਹੋਏਗੀ ਬਾਹਰ-ਬਾਰ ਹੋ ਸਕਦੀ ਹੈ ਦਿੱਲੀ ਦੇ ਬਾਡਰਾਂ ਤੇ ਹੋ ਸਕਦੀ ਹੈ ਬਾਈਪਾਸਾਂ ਤੇ ਹੋ ਸਕਦੀ ਹੈ ਪਰ ਅਖੀਰ ਜਿਹੜੀ ਰਣਨੀਤੀ ਹੈ ਉਹ 16 ਤਰੀਕ ਨੂੰ ਪੂਰੀ ਤਰ੍ਹਾਂ ਡਿਸਕਲੋਜ਼ ਕੀਤੀ ਜਾਏਗੀ ਪੂਰੇ ਲੋਕਾਂ ਨੂੰ ਦੱਸੀ ਜਾਏਗੀ ਕਿ ਆਖਿਰ ਕੀ ਕੀਤਾ ਕੀ ਜਾਣਾ ਏ ਪਰ ਇਸ ਦੇ ਵਿੱਚ ਹਿੰਸਾ ਹੋ ਸਕਦੀ ਹੈ ਅਜੀਆਂ ਚਿੰਤਾਵਾਂ ਕਿਸਾਨ ਆਗੂਆਂ ਦੇ ਵੱਲੋਂ ਜ਼ਾਹਿਰ ਕੀਤੀਆਂ ਜਾ ਰਹੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਾਂ ਬੜੇ ਨਰਮ ਤਰੀਕੇ ਨਾਲ ਚੱਲਣਾ ਏ ਉਹ ਜ਼ਬਰ ਕਰਨਗੇ ਸਾਨੂੰ ਸਬਰ ਰੱਖਣਾ ਪੈਣਾ ਹੈ ਉਗਰਾਹਾ ਕਹਿੰਦੇ ਨੇ ਕਿ ਇਹ ਸਰਕਾਰ ਤਾਂ ਚਾਹੁੰਦੀ ਹੈ ਕਿ ਅਸੀਂ ਬੈਰੀਗੇਟਿੰਗ ਤੋੜੀਏ ਮਰ ਜਾਈਏ ਮਾਰ ਦਈਏ ਉਸ ਤੋਂ ਬਾਅਦ ਕੁਝ ਲੋਕ ਲਾਸ਼ਾਂ ਚੁੱਕਣ ਦੇ ਵਿੱਚ ਬਿਜ਼ੀ ਹੋ ਜਾਣਗੇ ਕੁਝ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਉਸ ਤੋਂ ਬਾਅਦ ਅਸੀਂ ਜਿਹੜੀਆਂ ਲਾਸ਼ਾਂ ਨੇ ਉਹਨਾਂ ਦੇ ਲਈ ਮੁਆਵਜ਼ਾ ਮੰਗਣਾ ਸ਼ੁਰੂ ਕਰ ਦੇਵਾਂਗੇ ਜਿਹੜੇ ਗ੍ਰਿਫਤਾਰ ਹੋਏ ਨੇ ਉਹਨਾਂ ਦੀ ਰਿਹਾਈ ਮੰਗਣੀ ਸ਼ੁਰੂ ਕਰ ਦੇਵਾਂਗੇ ਅਤੇ ਸਾਰਾ ਅੰਦੋਲਨ ਆਪਣਾ ਖੇਰੂ ਖੇਰੂ ਹੋ ਜਾਣਾ ਹੈ ਸਰਕਾਰ ਵੀ ਇਹੀ ਜਾਉਂਦੀ ਹੈ ਕਿ ਲਾਸ਼ਾਂ ਚੁੱਕ ਕੇ ਘਰ ਨੂੰ ਲੈ ਜਾਣ ਅਤੇ ਜੋ ਧਰਨਾ ਲੱਗੇ ਉਹ ਲੋਕਾਂ ਦੀ ਰਹਾਇ ਦੇ ਲਈ ਲੱਗੇ ਅਤੇ ਜਿਹੜਾ ਖੇਤੀ ਕਾਨੂੰਨ ਹੈ ਉਹਨਾਂ ਤੋਂ ਸਾਰਿਆਂ ਦਾ ਧਿਆਨ हट ਜਾਵੇ ਪਰ ਆਪਾਂ ਇਦਾਂ ਨਹੀਂ ਹੋਣ ਦੇਣਾ ਜਿਵੇਂ ਹੁਣ ਤੱਕ ਕੇਂਦਰ ਸਰਕਾਰ ਦੀਆਂ ਚਾਲਾਂ ਨੂੰ ناکਾਮ ਕਰਦੇ ਆਪਾਂ ਆਏ ਆ ਉਵੇਂ ਹੀ ਅੱਗੇ ਵੀ ਆਪਾਂ ਆਪਣਾ ਪ੍ਰੋਗਰਾਮ ਚਲਾਉਣਾ ਹੈ ਕਿਉਂਕਿ ਪੂਰੀ ਦੁਨੀਆ ਹੁਣ ਸਾਡੇ ਵੱਲ ਦੇਖ ਰਹੀ ਹੈ ਕਿ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੰਦੋਲਨ ਆਖਿਰ ਸਿਰੇ ਕਿਵੇਂ ਚੜਦਾ ਇਸਰੇ ਚੜੇਗਾ ਖੇਤੀ ਕਾਨੂੰਨ ਰੱਦ ਹੋਣਗੇ ਅਜਿਹੇ ਦਾਅਵੇ ਕਿਸਾਨ ਆਗੂਆਂ ਦੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਨੇ ਪਰ ਹਿੰਸਾ ਹੋ ਸਕਦੀ ਹੈ 26 ਜਨਵਰੀ ਦੀ ਟਰੈਕਟਰ ਪ੍ਰੇਡ ਦੇ ਵਿੱਚ ਅਜਹੀਆਂ ਚਿੰਤਾਵਾਂ ਹੁਣ ਕਿਸਾਨ ਆਗੂਆਂ ਨੂੰ ਵੱਡ ਵੱਡ ਕੇ ਖਾਂਣ ਲੱਗੀਆਂ ਨੇ ਅਤੇ ਇਸੇ ਕਰਕੇ ਹੀ ਭਾਵਕ ਅਪੀਲਾਂ ਆਮ ਲੋਕਾਂ ਨੂੰ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਉਹ ਕਹਿੰਦੇ ਨੇ ਕਿ ਨੌਜਵਾਨ ਛੇਤੀ ਹੀ ਉਤਸ਼ਾਹਿਤ ਹੋ ਜਾਂਦੇ ਨੇ ਪਰ ਜੋਸ਼ ਦੇ ਨਾਲ ਨਾਲ ਹੋਸ਼ ਤੋਂ ਕੰਮ ਲੈਣਾ ਵੀ ਬਹੁਤ ਜ਼ਰੂਰੀ ਹੈ ਟੱਕਰ ਕੇਂਦਰ ਸਰਕਾਰ ਦੇ ਨਾਲ ਫਿਰ ਉਸੇ ਤਰੀਕੇ ਦਾ ਦਿਮਾਗ ਆਪਾਂ ਨੂੰ ਵੀ ਵਰਤਣਾ ਪੈਣਾ ਹੈ ਅਜਿਹੀਆਂ ਅਪੀਲਾਂ ਲਗਾਤਾਰ ਕਿਸਾਨ ਆਗੂਆਂ ਦੇ ਵੱਲੋਂ ਕੀਤੀਆਂ ਜਾਣ ਲੱਗੀਆਂ ਨੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਹੇਮਾ ਮਾਲਣੀ ਦੇ ਨਾਲ ਅਗਲੀ ਖਬਰ ਜੁੜੀ ਹੋਈ ਹੈ ਬਾਲੀਵੁੱਡ ਐਕਟਰ ਨੇ ਭਾਜਪਾ ਦੇ ਸੰਸਦ ਮੈਂਬਰ ਨੇ ਸਨੀ ਦਿਓਲ ਦੇ ਮਾਤਾ ਜੀ ਨੇ ਉਹਨਾਂ ਨੇ ਇੱਕ ਵਿਵਾਦਤ ਬਿਆਨ ਦਿੱਤਾ ਸੀ ਕਹਿੰਦੇ ਨੇ ਇਹਨਾਂ ਲੋਕਾਂ ਨੂੰ ਜਿਹੜੇ ਕਿ ਅੰਦੋਲਨ ਕਰ ਰਹੇ ਨੇ ਨਾ ਤਾਂ ਇਹ ਪਤਾ ਏ ਆਪਾਂ ਚਾਹੁੰਦੇ ਕੀ ਆ ਨਾ ਹੀ ਇਹ ਪਤਾ ਏ ਕਿ ਖੇਤੀ ਕਾਨੂੰਨਾਂ ਦੇ ਵਿੱਚ ਕਮੀਆਂ ਕੀ ਨੇ ਕਿਸਾਨਾਂ ਨੇ ਜਵਾਬ ਦੇ ਦਿੱਤਾ ਏ ਕਰਾਰਾ ਜਵਾਬ ਦੇ ਦਿੱਤਾ ਹੈਮਾ ਮਾਲਣੀ ਨੂੰ ਸਰਵਣ ਸਿੰਘ ਪੰਦੇਰ ਦਾ ਬਿਆਨ ਸਾਹਮਣੇ ਆ ਗਿਆ ਏ ਉਹ ਕਹਿੰਦੇ ਨੇ ਕਿ ਜਿਵੇਂ ਸਾਨੂੰ ਕਿਹਾ ਜਾ ਰਿਹਾ ਹੈ ਕਿ ਕੁਝ ਵੀ ਨਹੀਂ ਪਤਾ ਹੇਮਾ ਮਾਲਣੀ ਨੂੰ ਕੁਝ ਵੀ ਨਹੀਂ ਪਤਾ ਕਿ ਕਿਹੜੇ ਬਿਆਨ ਤੇ ਭਾਜਪਾ ਨੇ ਇਹਨਾਂ ਦੇ ਹਸਤਾਖਰ ਕਰਵਾ ਲਏ ਨੇ ਇਹ ਬਿਆਨ ਹੇਮਾ ਮਾਲਣੀ ਦੇ ਵੱਲੋਂ ਨਹੀਂ ਦਿੱਤਾ ਗਿਆ ਬੀਜੇਪੀ ਦੀ ਲੀਡਰਸ਼ਿਪ ਦੇ ਵੱਲੋਂ ਇਹ ਬਿਆਨ ਉਨ੍ਹਾਂ ਤੋਂ ਦਵਾਇਆ ਗਿਆ ਹੈ ਕਿਉਂਕਿ ਬੀਜੇਪੀ ਲਗਾਤਾਰ ਐਸੀ ਰਣਨੀਤੀ ਤੇ ਚੱਲ ਰਹੀ ਹੈ ਕਿ ਅਜਿਹੇ ਬਿਆਨ ਦੋ ਕਿ ਅੰਦੋਲਨਕਾਰੀ pèce ਜਾਣ ਹਿੰਸਾ ਤੇ ਉੱਤਰਉਣ ਪਰ ਅਸੀਂ ਨਹੀਂ ਹਿੰਸਾ ਕਰਾਂਗੇ ਸਾਨੂੰ ਪਤਾ ਲੱਗ ਗਿਆ ਏ ਇਹਨਾਂ ਨੇ ਇਦਾਂ ਹੀ ਕਰੀ ਜਾਣਾ ਏ ਵਿਵਾਦਤ ਬਿਆਨ ਦੇ ਹੀ ਜਾਣੇ ਨੇ ਅਤੇ ਅਸੀਂ ਆਪਣੇ ਪ੍ਰੋਗਰਾਮ ਅੱਗੇ ਵਧਾਈ ਜਾਣੇ ਨੇ ਸਾਨੂੰ ਪਤਾ ਏ ਅਸੀਂ ਕੀ ਕਰਨਾ ਏ ਕੇਂਦਰ ਸਰਕਾਰ ਨੂੰ ਪਤਾ ਏ ਉਹਨਾਂ ਨੇ ਕੀ ਕਰਨਾ ਏ ਫਿਰ ਜੇਕਰ ਉਹ ਆਪਣੇ ਕੰਮ ਨਹੀਂ ਬਦਲ ਰਹੇ ਨਿਰਣਨੀਤੀ ਨਹੀਂ ਬਦਲ ਰਹੇ ਤਾਂ ਅਸੀਂ ਵੀ ਕਿਉਂ ਆਪਣੀ ਰਣਨੀਤੀ ਬਦਲੀਏ ਅਸੀਂ ਵੀ ਅਹਿੰਸਾ ਤੇ ਚੱਲਦੇ ਹੀ ਰਹਿਣਾ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਜੇਕਰ ਵਿਵਾਦਤ ਬਿਆਨਾਂ ਦੀ ਗੱਲ ਹੋ ਰਹੀ ਹੈ ਤਾਂ ਮਨੋਹਰ لال ਖੱਟੜ ਦੀ ਖਬਰ ਤੁਹਾਨੂੰ ਸੁਣੋ ਆਦਨ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚਟਾਲਾ ਦੇ ਵੱਲੋਂ ਕੀਤੀ ਗਈ ਸੀ ਉਸ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਜੋ ਹਾਲਾਤ ਪੈਦਾ ਹੋਏ ਨੇ ਹਰਿਆਣਾ ਦੇ ਵਿੱਚ ਉਸ ਬਾਰੇ ਚਰਚਾ ਹੋਈ ਸੀ ਅਮਿਤ ਸ਼ਾਹ ਨੇ ਇੱਕ ਨੇਕ ਸਲਾਹ ਇਨ੍ਹਾਂ ਲੀਡਰਾਂ ਨੂੰ ਦੇ ਦਿੱਤੀ ਹੈ ਅਮਿਤ ਸ਼ਾਹ ਦੇ ਅਨੁਸਾਰ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਨੇ ਭਾਜਪਾ ਨੂੰ ਸਲਾਹ ਇਹ ਦਿੱਤੀ ਹੈ ਕਿ ਜਿੰਨੀ ਦੇਰ ਤੱਕ ਹਾਲਾਤ ਆਮ ਵਰਗੇ ਨਹੀਂ ਹੁੰਦੇ ਜਿੰਨੀ ਦੇਰ ਤੱਕ ਕਿਸਾਨਾਂ ਨੇ ਭਾਜਪਾ ਦੇ ਵਿਰੋਧ ਦਾ ਸੱਦਾ ਦਿੱਤਾ ਹੋਇਆ ਹੈ ਐਲਾਨ ਕੀਤਾ ਹੋਇਆ ਹੈ ਉਨੀ ਦੇਰ ਤੱਕ ਕੋਈ ਵੀ ਵੱਡਾ ਸਮਾਗਮ ਭਾਜਪਾ ਦੇ ਲੀਡਰਾਂ ਨੂੰ ਹਰਿਆਣਾ ਦੇ ਵਿੱਚ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਕਿਸਾਨਾਂ ਦੀ ਮਹਾ ਪੰਚਾਇਤ ਸੱਦ ਲਈ ਸੀ ਪ੍ਰੋਗਰਾਮ ਸੱਦ ਲਿਆ ਸੀ ਮਨੋਹਰ لال ਖੱਟਣ ਨੇ ਉਹਨਾਂ ਨੂੰ ਹੁਣ ਅੱਗੇ ਤੋਂ ਕੋਈ ਵੀ ਅਜਿਹੀ ਕਾਲ ਅਜਿਹਾ ਸੱਦਾ ਅਜਿਹਾ ਪ੍ਰੋਗਰਾਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੇ ਨਾਲ ਸਥਿਤੀ ਟਕਰਾਵ ਵਾਲੀ ਬਣ ਜਾਂਦੀ ਹੈ ਅਤੇ ਹਿੰਸਾ ਵੀ ਹੋ ਸਕਦੀ ਹੈ ਮਨੋਹਰ لال ਖੱਟੜ ਉਸ ਜਗ੍ਹਾ ਤੇ ਪਿੰਡ ਕੈਮਲਾ ਦੇ ਵਿੱਚ ਨਹੀਂ ਪਹੁੰਚੇ ਸਨ ਇਸ ਦੀ ਛਲਾਗਾ ਕੀਤੀ ਹੈ ਅਮਿਸ਼ਾਣੇ ਉਹ ਕਹਿੰਦੇ ਨੇ ਕਿ ਖੱਟੜ ਸਾਹਿਬ ਨੇ ਚੰਗਾ ਕੀਤਾ ਹੈ ਉੱਥੇ ਨਹੀਂ ਗਏ ਨਹੀਂ ਤਾਂ ਹੋਰ ਵੀ ਮਾਹੌਲ ਖਰਾਬ ਹੋ ਸਕਦਾ ਸੀ ਉਹ ਕਹਿੰਦੇ ਨੇ ਸੁਪਰੀਮ ਕੋਰਟ ਦੇ ਵਿੱਚ ਮਸਲਾ ਪਹੁੰਚ ਗਿਆ ਹੈ ਛੇਤੀ ਹੀ ਕੋਈ ਨਾ ਕੋਈ ਹੱਲ ਨਿਕਲ ਜਾਵੇਗਾ ਅਤੇ ਹਾਲਾਤ ਆਮ ਵਰਗੇ ਹੋ ਜਾਣਗੇ ਉਸ ਤੋਂ ਬਾਅਦ ਜਿੰਨੇ ਪ੍ਰੋਗਰਾਮ ਚਾਹੋ ਤੁਸੀਂ ਕਰ ਸਕਦੇ ਹੋ ਪਰ ਹਾਲ ਦੀ ਘੜੀ ਤੁਹਾਨੂੰ ਕੋਈ ਵੀ ਅਜਿਹਾ ਪ੍ਰੋਗਰਾਮ ਨਹੀਂ ਕਰਨਾ ਚਾਹੀਦਾ ਜਿੱਥੇ ਕਿਸਾਨ ਆ ਜਾਣ ਅਤੇ ਤੁਹਾਡੇ ਪ੍ਰੋਗਰਾਮ ਦਾ ਵਿਰੋਧ ਕਰਨ ਇਸ ਦੇ ਨਾਲ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਹੈ ਅਮਿਤ ਸ਼ਾਹ ਨੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਇਹ ਨੇਕ ਸਲਾਹ ਦੇ ਦਿੱਤੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਕੇਂਦਰ ਸਰਕਾਰ ਦੇ ਨਾਲ ਹੀ ਜੁੜੀ ਹੋਈ ਹੈ ਸਰਦ ਰੁੱਤ ਦਾ ਸੈਸ਼ਨ ਹੈ ਕੇਂਦਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਸੇ ਕਰਕੇ ਹੀ ਨਹੀਂ ਸੱਦਿਆ ਗਿਆ ਹੈ ਕਿ ਵਿਰੋਧੀ ਪਾਰਟੀਆਂ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਘੇਰਾ ਪਾਲਣਗੀਆਂ ਕਿਸਾਨੀ ਅੰਦੋਲਨ ਨੂੰ ਲੈ ਕੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕੋਈ ਜਵਾਬ ਨਹੀਂ ਆਉਣਾ ਏ ਇਸੇ ਕਰਕੇ ਉਹਨਾਂ ਦੇ ਵੱਲੋਂ ਕਰੋਨਾ ਦੇ ਬਹਾਨੇ ਪਿਛਲਾ ਇਜਲਾਸ ਸਦਿਆ ਹੀ ਨਹੀਂ ਗਿਆ ਪਰ ਬਜਟ ਦਾ ਇਜਲਾਸ ਤਾਂ ਕੇਂਦਰ ਸਰਕਾਰ ਨੂੰ ਸਦਨ ਆਈ ਪੈਣਾ ਸੀ 29 ਜਨਵਰੀ ਨੂੰ ਬਜਟ ਦਾ ਇਜਲਾਸ ਸਦਨ ਦਾ ਐਲਾਨ ਕਰ ਦਿੱਤਾ ਗਿਆ ਹੈ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਪਰ ਇਸ ਵਾਰ ਖਾਸ ਗੱਲ ਇਹ ਹੈ ਕਿ ਦੋ ਹਸਿਆ ਦੇ ਵਿੱਚ ਇਹ ਬਜਟ ਸੈਸ਼ਨ ਹੋਏਗਾ ਪਹਿਲਾ ਹੋਏਗਾ 29 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਅਤੇ ਦੂਜਾ ਹਿੱਸਾ ਇਸ ਦਾ ਹੋਏਗਾ 8 ਮਾਰਚ ਤੋਂ 8 ਅਪ੍ਰੈਲ ਤੱਕ ਹੋਏਗਾ 29 ਜਨਵਰੀ 11 ਵਜੇ ਸਵੇਰੇ ਰਾਸ਼ਟਰਪਤੀ ਦੇ ਵੱਲੋਂ ਸਾਂਝੀ ਬੈਠਕ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕੀਤਾ ਜਾਏਗਾ ਅਤੇ 1 ਫਰਵਰੀ ਨੂੰ ਦੇਸ਼ ਦਾ 2021 ਅਤੇ 22 ਦਾ ਬਜਟ ਪੇਸ਼ ਕਰ ਦਿੱਤਾ ਜਾਏਗਾ ਪਰ ਇਸ ਬਜਟ ਸੈਸ਼ਨ ਨੂੰ ਬਜਟ ਸੈਸ਼ਨ ਦੇ ਨਾਲੋਂ ਘੱਟ ਖੇਤੀ ਸੈਸ਼ਨ ਜ਼ਿਆਦਾ ਕਿਹਾ ਜਾ ਸਕਦਾ ਹੈ ਕਿਉਂਕਿ ਵਿਰੋਧੀ ਪਾਰਟੀਆਂ ਪਹਿਲਾਂ ਹੀ ਪੱਟਾਂ ਤੇ ਥਾਪੀਆਂ ਮਾਰਦੀਆਂ ਫਿਰਦੀਆਂ ਨੇ ਕਿ ਕੇਂਦਰ ਸਰਕਾਰ ਪਾਰਲੀਮੈਂਟ ਦੇ ਵਿੱਚ ਕਿਤੇ ਉਹਨਾਂ ਦੇ ੜਿੱਕੇ ਤਾਂ ਆਵੇ ਭਗਵੰਤ ਮਾਨ ਤੇ ਸੰਜੇ ਸਿੰਘ ਵਰਗੇ ਤਾਂ ਹੋਰ ਕਿਸੇ ਪ੍ਰੋਗਰਾਮ ਦੇ ਵਿੱਚ ਹੀ ਸੰਸਦ ਦੇ ਵਿੱਚ ਨਰਿੰਦਰ ਮੋਦੀ ਦਾ ਵਿਰੋਧ ਕਰ ਵੀ ਚੁੱਕੇ ਨੇ ਉਹ ਹੁਣ ਬਜਟ ਸੈਸ਼ਨ ਦੇ ਵਿੱਚ ਕੀ ਕਰਨਗੇ ਇਸ ਦਾ ਅੰਦਾਜ਼ਾ ਪਹਿਲਾਂ ਹੀ ਲਾਇਆ ਜਾ ਸਕਦਾ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਕਰੋਨਾ ਦੀ ਵੈਕਸੀਨ ਆ ਚੁੱਕੀ ਹੈ 16 ਜਨਵਰੀ ਤੋਂ ਪੂਰੇ ਦੇਸ਼ ਦੇ ਵਿੱਚ ਵੈਕਸੀਨ ਦੇ ਟੀਕੇ ਲੱਗਣੇ ਸ਼ੁਰੂ ਹੋ ਜਾਣਗੇ ਸਭ ਤੋਂ ਪਹਿਲਾਂ ਇਹ ਹੈਲਥ ਵਰਕਰਾਂ ਨੂੰ ਲਾਏ ਜਾਣਗੇ ਅਤੇ ਇਸ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੀਤਾ ਜਾਏਗਾ ਕਿਹਾ ਜਾ ਰਿਹਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ ਭਾਰਤ ਦੇ ਵਿੱਚ ਹੋਏਗਾ ਜਿਸ ਦੇ ਵਿੱਚ 16 ਕਰੋੜ ਦੇ ਕਰੀਬ ਲੋਕਾਂ ਨੂੰ ਵੈਕਸੀਨ ਦਾ ਟੀਕਾ ਲਾਇਆ ਜਾਵੇਗਾ कोरोना ਦੇ ਦੋ ਟੀਕਿਆਂ ਨੂੰ ਭਾਰਤ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚ ਪਹਿਲਾ ਹੈ ਕੋਵੈਕਸਿਨ ਜਿਹੜਾ ਕਿ ਭਾਰਤ ਦੇ ਵਿਗਿਆਨੀਆਂ ਵੱਲੋਂ ਬਣਾਇਆ ਗਿਆ ਟੀਕਾ ਏ ਅਤੇ ਦੂਜਾ ਹੈ ਕੋਵਸ਼ੀਲਡ ਜਿਹੜਾ ਕਿ ਵਿਦੇਸ਼ੀ ਹੈ ਦੋਨਾਂ ਨੂੰ ਭਾਰਤ ਦੇ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਹੈ ਨਰਿੰਦਰ ਮੋਦੀ ਦਾ ਦਾਵਾ ਏ ਕਿ ਭਾਰਤ ਇਸ ਵਾਰ ਦੁਨੀਆ ਨੂੰ ਰਾਹ ਦਿਖਾਉਣ ਵਾਲਾ ਦੇਸ਼ ਬਣ ਗਿਆ ਏ ਕਿਉਂਕਿ ਬਾਕੀ ਦੇਸ਼ਾਂ ਨੂੰ ਵੀ ਜੇਕਰ ਆਪਣਾ ਟ੍ਰਾਇਲ ਸਫਲ ਹੋ ਜਾਂਦਾ ਹੈ ਭਾਵੇਂ ਕਿ ਉਹਨਾਂ ਦੇ ਵੱਲੋਂ ਪੂਰੀ ਤਰ੍ਹਾਂ ਮਨਜ਼ੂਰੀ ਦੇ ਦਿੱਤੀ ਗਈ ਹੈ ਲੋਕਾਂ ਨੂੰ ਟੀਕੇ ਲਾ ਦਿੱਤੇ ਜਾਣਗੇ ਪਰ ਬਾਕੀ ਦੇਸ਼ ਵੀ ਕੋਵੈਕਸੀਨ ਮੰਗਵਾਉਣਗੇ ਭਾਰਤ ਤੋਂ ਜਿਸ ਤੋਂ ਬਾਅਦ ਪੂਰੀ ਦੇ ਵਿੱਚ ਭਾਰਤ ਦਾ ਮਾਣ ਵਦੇਗਰ ਪਰ ਕਾਂਗਰਸ ਪਾਰਟੀ ਨੇ ਇਸ ਤੇ ਵੀ ਇਤਰਾਜ਼ ਜ਼ਾਹਿਰ ਕਰ ਦਿੱਤਾ ਹੈ ਕਾਂਗਰਸ ਪਾਰਟੀ ਦੇ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਦਿਵਾਲੀ ਕਹਿੰਦੇ ਨੇ ਕਿ ਕੋਵੈਕਸਿਨ ਦਾ ਅਜੇ ਤੀਜੇ ਪੜਾ ਦਾ ਟਰਾਇਲ ਚਲ ਰਿਹਾ ਏ ਅਜੇ ਟਰਾਇਲ ਪੂਰਾ ਨਹੀਂ ਹੋਇਆ ਤੇ ਲੋਕਾਂ ਨੂੰ ਲਾਉਣ ਦਾ ਐਲਾਨ ਕੇਂਦਰ ਸਰਕਾਰ ਨੇ ਕਰ ਦਿੱਤਾ ਏ ਇਦਾਂ ਨਹੀਂ ਕਰਨਾ ਚਾਹੀਦਾ ਰੁਕਣਾ ਚਾਹੀਦਾ ਏ ਇੰਤਜ਼ਾਰ ਕਰਨਾ ਚਾਹੀਦਾ ਏ ਜੇਕਰ ਕੋਈ ਗੜਬੜ ਹੋ ਗਈ ਤਾਂ ਬੜੀ ਦੇ ਬਕਰੇ ਭਾਰਤ ਦੇ ਲੋਕਾਂ ਨੂੰ ਕਿਉਂ ਬਣਾਇਆ ਜਾ ਰਿਹਾ ਏ ਕਾਂਗਰਸ ਪਾਰਟੀ ਨੇ ਇਹ ਵੱਡਾ ਇਤਰਾਜ਼ ਜ਼ਾਹਿਰ ਕੀਤਾ ਏ ਅਗਲੀ ਖਬਰ ਦੇ ਵੱਲ ਵਧਦੇ ਹਾਂ ਇੱਕ ਹੋਰ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ ਹੈ 25-25 ਪੈਸੇ ਪੈਟਰੋਲ ਅਤੇ ਡੀਜ਼ਲ ਦਾ ਰੇਟ ਵਧਾ ਦਿੱਤਾ ਗਿਆ ਹੈ ਮੁੰਬਈ ਦੇ ਵਿੱਚ ਪੈਟਰੋਲ ਦਾ ਰੇਟ 91 ਰੁਪਏ ਤੋਂ ਟੱਪ ਗਿਆ ਹੈ 91 ਰੁਪਏ ਅਤੇ 32 ਪੈਸੇ ਮੁੰਬਈ ਦੇ ਵਿੱਚ ਪੈਟਰੋਲ ਦਾ ਰੇਟ ਹੋ ਗਿਆ ਹੈ ਅਤੇ ਡੀਜ਼ਲ 81 ਰੁਪਏ 34 ਪੈਸੇ ਤੱਕ ਪਹੁੰਚ ਗਿਆ ਇਹ ਪਰ ਸਿਰਫ ਕੇਂਦਰ ਸਰਕਾਰੀ ਨਹੀਂ ਹੈ ਜਿਹੜੇ ਕ੍ਰੇਟ ਵਧਾ ਰਹੀ ਹੈ ਪੰਜਾਬ ਦੇ ਵਿੱਚ ਵੀ ਕੁਝ ਦਿਨ ਪਹਿਲਾਂ 25-25 ਪੈਸੇ ਪੈਟਰੋਲ ਅਤੇ ਡੀਜ਼ਲ ਦਾ ਰੇਟ ਵਧਾ ਦਿੱਤਾ ਗਿਆ ਸੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ ਉਹ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਰਾਹਤ ਕੀ ਦੇਣੀ ਹੈ ਸਗੋਂ ਹੋਰ ਲੁੱਟਣ ਤੇ ਲੱਗੇ ਹੋਏ ਨੇ ਗੁੜਕਾ ਸਾਹਿਬ ਦੀ ਸੌ ਖਾਦੀ ਸੀ ਲੋਕਾਂ ਨੇ ਸੋਚਿਆ ਸੀ ਸਾਹ ਸੌਖੇ ਹੋਣਗੇ ਪਰ ਇਹ ਤਾਂ ਅਕਾਲੀ ਸਰਕਾਰ ਨਾਲੋਂ ਵੀ ਅੱਗੇ ਲੰਘ ਗਏ ਨੇ ਬਿਜਲੀ ਵੀ ਸਭ ਤੋਂ ਮਹਿੰਗੀ ਹੈ ਪੈਟਰੋਲ ਡੀਜ਼ਲ ਵੀ ਮਹਿੰਗਾ ਕਰੀ ਜਾਂਦੇ ਨੇ ਲੋਕ ਆਖਰ ਜਾਣ ਤੇ ਜਾਣ ਕਿੱਥੇ ਕੈਪਟਨ ਸਰਕਾਰ ਤਾਂ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਨ ਤੇ ਲੱਗੀ ਹੋਈ ਹੈ ਇਹ ਵੱਡਾ ਬਿਆਨ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਉਹਨਾਂ ਸਰਕਾਰ ਦੇ ਬਾਰੇ ਦਿੱਤਾ ਗਿਆ ਹੈ ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਅਤੇ ਤੁਹਾਡੇ ਲਈ ਜਾਣਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜਾਂ ਫਿਰ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਜ਼ਰੂਰ ਦਬਾ ਲਣਾ ਜੇਕਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਤੇ ਦਾ ਪੰਜਾਬ ਟੀਵੀ ਦਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਹਲ ਅਗਲੀ ਵਾਰ ਫਿਰ ਆਦਰਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ